इस सोचा था एक दिन मेरे पापा मामा परसों मैं काफी बोल के आया थी उस तो बाद ही अंदर भी आपा 5-10 दिन देखा अंदर भी कोई उदी बर्ती किया ना अपनी कहे ना कोई असर होया कि नहीं होया उदे दा आधार ते आपा के बोल रहे हैं क्योंकि जे आपा ने रोज नवे ध्यान दे जाइए उना गल्लां दी कोई दाव नहीं सो आज मैं तुम्हें का दसने जाऊंगा ਕਿ ਆਪਣੀ ਕੱਲ੍ਹ ਮੀਟਿੰਗ ਹੋਈ ਹੈ ਪ੍ਰਕਾਸ਼ਨ ਨਾਲ ਜਿਹੜੇ ਜਿਹੜੇ ਆਪਾਂ ਨੋਟੇ ਦੱਸੇ ਹਨ ਤਾਂ ਜੋ ਗੱਲਾਂ ਆਪਣੇ ਦਿਮਾਗ ਦੇ ਵਿੱਚ ਖਰਸ਼ੇ ਸੀ ਜਾਂ ਹੋ ਸਕਦਾ ਜਾਂ ਨਾ ਹੋ ਸਕਦਾ ਉਹਨਾਂ ਨੂੰ ਸਹਿਮਤ ਰਹੀ ਅਤੇ ਬਕਾਇਦਾ ਉਹਨਾਂ ਨੂੰ ਬੁਲਾਇਆ ਜਾ ਰਿਹਾ ਦੀ ਕੋਸ਼ਿਸ਼ ਹੋ ਰਹੀ ਹੈ ਸਾਰੇ ਪੰਜਾਬ ਭਰ ਦੇ ਅਫਸਰਾਂ ਦੇ ਤਬਾਦਲੇ ਹੋਏ ਨੇ ਇੱਧਰੋਂ ਉੱਧਰੋਂ ਵੱਡੀ ਪੱਧਰ 'ਤੇ ਸਾਰੇ ਜਿਹੜੀ ਜਿਹੜਾ ਕੰਮ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ ਉਹ ਹੁਣ ਸਟਾਰਟ ਹੋਇਆ ਕਿਉਂਕਿ ਜਾਂ ਤਾਂ ਇਹ ਆਪਣਾ ਵੀ ਇਹ ਹੁੰਦਾ ਵੀ ਪਹਿਲਾਂ ਢਿੱਲ ਮਸਲਾ ਹੋਈ ਆ ਰਿਹਾ ਇਨਵੈਸਟੀਗੇਸ਼ਨ 'ਚ ਲੋਕ ਸ਼ਾਮਿਲ ਹੁੰਦੇ ਰਹੇ ਔਰ ਕੋਈ ਆਪੋ ਆਪਣੇ ਤਰੀਕੇ ਨਾਲ ਨਿਕਲਦੇ ਰਹੇ ਇਨਵੈਸਟੀਗੇਸ਼ਨ ਦੁਬਾਰੇ ਤੋਂ ਸਾਰੀ ਸਟਾਰਟ ਹੈ ਕਿਉਂਕਿ ਪਹਿਲਾਂ ਜਿਹੜਾ ਇਨਵੈਸਟੀਗੇਸ਼ਨ ਕਰਨ ਵਾਲਾ SHO ਸੀਗਾ ਉਹੀ ਗੈਂਗਸਟਰਾਂ ਦੇ ਨਾਲ ਰਿਹਾ ਹੋਇਆ ਸੀਗਾ ਭਾਵੇਂ ਉਹਨੇ ਕੰਮ ਸਹੀ ਵੀ ਕੀਤਾ ਹੋਵੇ ਪਰ ਆਪਣਾ ਮਨ ਹਾਲੇਗਾ ਇਸ ਗੱਲ ਤੋਂ ਵੀ ਕਿਵੇਂ ਭਰੋਸਾ ਕਰ ਸਕਦੇ ਹਾਂ ਵੀ ਉਹਨੇ ਕੰਮ ਸਹੀ ਕੀਤਾ ਹੋਵੇ ਤਾਂ ਇਸ ਕਰਕੇ ਸਾਰਾ ਹੀ ਆਪਾਂ ਨਵੇਂ ਸਿਰੇ ਤੋਂ ਵਾਚਾਂਗੇ ਇਸ ਗੱਲ ਨੂੰ ਜੇ ਆਪਾਂ ਜ਼ਿਆਦਾ ਜਲਦਬਾਜ਼ੀ ਕਰਦੇ ਹਾਂ ਜਾਂ ਜ਼ਿਆਦਾ ਅਲਟੀਮੇਟਮ ਦੇ ਕੇ ਵੇਚਦੇ ਨਹੀਂ ਤਾਂ ਫਿਰ ਉਹ ਪ੍ਰਕਿਰਿਆ ਸਹੀ ਨਹੀਂ ਲੱਗਦੀ ਮੈਨੂੰ ਲੱਗਦਾ ਕਿਉਂਕਿ ਜੋ ਕੋਈ ਹੱਥੋਂ ਦੇ ਸਮਝ ਹੋਣ ਵਾਲੀ ਗੱਲ ਹੋ ਜਾਂਦੀ ਹੈ ਫਿਰ ਉਹ ਉਸ ਹਿਸਾਬ ਨਾਲ ਆਪਾਂ ਨੂੰ ਥੋੜ੍ਹਾ ਜਿਹਾ ਸਮਾਂ ਐਡਜਸਟਮੈਂਟ ਪ੍ਰਸ਼ਾਸਨ ਨਾਲ ਕਰਨੀ ਪੈਂਦੀ ਹੈ ਮਨਸੂਤ ਵਾਲੇ ਲੋਕ ਹਲੇ ਵੀ ਕੁਛ ਉਹਦੇ ਜਾਣ ਤੋਂ ਬਾਅਦ ਨਹੀਂ ਆਪਣਾ ਹੁੰਦਾ ਵੀ ਜਿਹੜਾ ਬੰਦਾ ਦੁਨੀਆਂ ਕਹਿੰਦੀ ਰਿਹਾ ਨਾ ਉਹਦੇ ਬਾਰੇ ਨਹੀਂ ਕਰ ਟਿੱਪਣੀ ਨਹੀਂ ਕਰਦੇ ਬੇਸ਼ੱਕ ਉਹ ਕਿੰਨਾ ਵੀ ਮਾੜਾ ਕੋਈ ਨਾ ਹੋਵੇ ਕਿਉਂਕਿ ਜਦੋਂ ਆਪਣੇ ਵਿੱਚ ਮੌਜੂਦ ਹੀ ਨਹੀਂ ਉਹਨੇ ਆਪਣਾ ਰਿਪਲਾਈ ਨਹੀਂ ਕਰਨਾ ਉਹਦੇ ਬਾਰੇ ਕੀ ਗੱਲ ਕਰਨੀ ਪਰ ਫਿਰ ਵੀ ਇਹ ਕੁਛ ਲੋਕਾਂ ਨਾਲ ਦੇਖਦੇ ਨੇ ਰਿਕਾਰਡ ਦਾ ਇੱਕ ਸੁਰੱਖਿਆ ਲੈਣੀ ਹੁੰਦੀ ਹੈ ਕੁਛ ਕੋਈ ਕਰਦੇ ਸੌ ਕੰਮ ਹੀ ਕਰਦੇ ਨੇ ਤਾਂ ਮੈਂ ਤਾਂ ਆਪਣੇ ਚਾਹੁੰਦਾ ਨੂੰ ਇਹੀ ਗੱਲ ਕਹੂੰ ਵੀ ਇਹਦੇ ਪੇਜ 'ਤੇ ਜਾ ਕੇ ਬਿਲਕੁਲ ਨਾ ਕਮੈਂਟ ਕਰਿਆ ਕਰੋ ਭਾਵੇਂ ਉਹ ਆਪਣੇ ਖਿਲਾਫ ਹੀ ਬੋਲਦਾ ਬੋਲੀ ਜਾਣ ਨੂੰ ਕੀ ਫਰਕ ਪੈਂਦਾ ਆਪਾਂ ਧਿਆਨ ਨਾ ਲਿਆ ਕਰੋ ਸ਼ੇਅਰ ਬਣ ਕੇ ਕਰਨਾ ਨਹੀਂ ਕਿਉਂਕਿ ਇਹਨਾਂ ਨੇ ਤਾਂ ਭਾਵੇਂ ਉਹਨੂੰ ਗਾਲਾਂ ਵੀ ਕੱਢੀ ਉਹ ਇਹਨਾਂ ਨੂੰ ਤਾਂ ਕਮੈਂਟ ਚਾਹੀਦੇ ਨੇ ਪੇਜ ਚੱਲਦਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਭਲਾ ਹੋ ਜਾਂਦਾ ਤੁਹਾਡੇ ਗੁੱਸਾ ਲਗਾਏ ਉਹਨਾਂ ਨੂੰ ਭਲਾ ਹੋ ਜਾਂਦਾ ਇਹਨਾਂ ਦੀ ਗੱਲ ਵੱਲ ਧਿਆਨ ਨਾ ਦਿਓ ਤੁਹਾਡਾ ਮੈਂ ਸਾਰਿਆਂ ਦਾ ਜਿੰਨੇ ਤੁਸੀਂ ਕੰਮ ਚੱਲ ਕੇ ਇੱਥੇ ਉਹਨੂੰ ਮੈਂ ਕਹਿੰਦਾ ਵਾਹਿਗੁਰੂ ਤੁਹਾਡੇ ਤੋਂ ਸਾਰਿਆਂ ਤੋਂ ਦਿਲ ਭਰਿਆ ਹੱਥ ਰੱਖੇ ਤੁਸੀਂ ਬੜੀ ਪਰਿਵਾਰ ਦੀ ਮਦਦ ਕਰੀ ਹੈ ਔਰ ਮੈਨੂੰ ਇਸ ਗੱਲ ਨੂੰ ਕੀਤਾ ਕਿ ਮੈਂ ਲੜਾਈ ਲੜ ਜੋਗਾ ਹੋ ਗਿਆ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜਿਹਦੀ ਜਾਣੀ ਪੱਟੀ ਗਈ ਹੋਵੇ ਮੁੜ ਕੇ ਖਲੋਣਾ ਬਹੁਤ ਔਖਾ ਹੋ ਗਿਆ ਬਹਾਨਾ ਚੱਲਣਾ ਪਲ ਫੁੱਲ ਦੇਣ ਦਾ ਗੱਲ ਬਾਅਦ ਦੀ ਗੱਲ ਹੈ ਪਰ ਆਪਦੀ ਹੋਂਦ ਦੇ ਉੱਤੇ ਖਤਰਾ ਖੜਾ ਹੋਇਆ ਮੈਂ ਵੀਰ ਮੈਂ ਕਰਾਂਗੀ ਕਿਹੜੇ ਪਾਸੇ ਮਤਲਬ ਬਹੁਤ ਵੱਡੀ ਗੱਲ ਹੈ ਜਿਹੜਾ ਹੌਸਲਾ ਮੰਦਰੇ ਦੀ ਵੀਰ ਤੁਸੀਂ ਐਂ ਕਹਿ ਦਿੰਦੇ ਫਿਰ ਐਂ ਨਹੀਂ ਕਰਦੇ ਕਿਉਂਕਿ ਜੇ ਆਪਾਂ ਧਰਦੇ ਹਾਂ ਨਜ਼ਾਰੇ ਸਖਤ ਲੋਕਾਂ ਦੇ ਵੀਰੋ ਹੋਣਾ ਤਾਂ ਫਿਰ ਵੀ ਉਸੇ ਸਿਸਟਮ ਦੇ ਵੀ ਇਹੀ ਕੰਮ ਹੋਣਾ ਸਰ ਮੈਂ ਨਹੀਂ ਕਹਿੰਦਾ ਕਿਸੇ ਨੂੰ ਕਿਸੇ ਦਾ ਪੇਪਰ ਹੈ ਕਿਸੇ ਦਾ ਵਿਵਹਾਰ ਹੈ ਕੋਈ ਐਂਬੂਲੈਂਸ ਹੈ ਅਸੀਂ ਲੋਕਾਂ ਨੂੰ ਤੰਗ ਕਰੀਏ ਉੱਥੇ ਜਾ ਕੇ ਆਪਾਂ ਤਾਂ ਤੰਗ ਹੋਏ ਹੀ ਆਪਾਂ ਨੂੰ ਪਰਮਾਤਮਾ ਨੇ ਕਰ ਦਿੱਤਾ ਪਰ ਮੈਂ ਤਾਂ ਦੁਆ ਕਰਦਾ ਕਿਸੇ ਦਾ ਮੇਰੀ ਵਜ੍ਹਾ ਨਾਲ ਕੰਮ ਚ ਵਿਘਨ ਨਾ ਔਰ ਮੈਂ ਤਾਂ ਦੇਵਾਂ ਵੀ ਤੋਂ ਕੋਸ਼ਿਸ਼ ਕੀਤੀ ਹੈ ਨਹੀਂ ਤਾਂ ਸਰਕਾਰ ਤੋਂ ਪਹਿਲਾਂ ਹੀ ਮੈਂ ਬੜਾ ਸਰਕਾਰ 'ਤੇ ਦਬਾਅ ਪਾ ਸਕਦਾ ਸੀ ਪਬਲਿਕ ਦੇ ਨਾਲ ਸੀ ਲੋਕਤਾ ਜੀ ਮੇਰੇ ਨਾਲ ਤਾਂ ਮੈਂ ਉਹਨਾਂ ਦਾ ਕੋਈ ਮਿਸਯੂਜ ਨਹੀਂ ਕਰਨਾ ਚਾਹੁੰਦਾ ਵੀ ਮੈਂ ਕਿਸੇ ਹੋਰ ਪਰਪਸ ਦੇ ਲਈ ਉਹਨੂੰ ਵਰਤੀ ਜਾਵਾਂ ਜਾਂ ਕੋਈ ਇੱਦਾਂ ਕਰੀ ਜਾਵਾਂ ਆਪਾਂ ਨੂੰ ਤਾਂ ਵਕਤ ਪਿਆ ਠੀਕ ਹੈ ਕਈ ਸੱਜਣੇ 'ਤੇ ਪ੍ਰਤੀਕਿਰਿਆ ਵੀ ਦਿੰਦੇ ਨੇ ਕਈ ਮੇਰੇ ਆ ਜੋ ਤੁਸੀਂ ਆ ਜਾਂਦੇ ਹੋ ਮੈਨੂੰ ਤੁਹਾਡੇ ਨਾਲ 10 ਮਿੰਟ ਗੱਲ ਕਰਨੀ ਪੈਂਦੀ ਹੈ ਉਹਨਾਂ ਦੇ ਉਹਨਾਂ ਤੋਂ ਬੁਲਾ ਕੇ ਵੀ ਰਾਜੀ ਨੇ ਜਿਹੜੇ ਪ੍ਰਤੀਕਿਰਿਆ ਦਿੰਦੇ ਨੇ ਤੁਸੀਂ ਜੇ ਤੁਹਾਡੇ ਕੋਲ 4 ਬੰਦੇ ਆਉਂਦੇ ਤੁਸੀਂ ਬਹਿ ਕੇ ਗੱਲ ਕਰ ਦਿਓ ਫਿਰ ਹੀ ਸਟੇਟਮੈਂਟ ਬਣਦੀ ਹੈ ਫਿਰ ਹੀ ਆਪਾਂ ਗੱਲ ਕਰਦੇ ਹਾਂ ਤੁਸੀਂ ਨਾ ਉਹਦਾ ਮੈਂ ਕੰਧਾ ਨਾ ਗੱਲਾਂ ਕਰੂੰ ਵਿੱਚ ਅਤੇ ਸ਼ਾਇਦ ਇਹ ਗੱਲਾਂ ਇਹਨਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਔਰ ਕੱਲ੍ਹ ਵੀ ਕੋਈ ਸ਼ਿਵ ਸੈਨਾ ਨਾਲ ਬੋਲਿਆ ਤਾਂ ਆਪਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਬੇਨਤੀ ਕਰਦਾ ਵੀ ਨਾ ਬੋਲਿਆ ਕਰੋ ਕਿਉਂਕਿ ਇਹ ਲੋਕ ਤਾਂ ਚਾਹੁੰਦੇ ਨੇ ਵੀ ਅਸੀਂ ਕੋਈ ਨਾ ਕੋਈ
ਵਿੱਚ ਮੇਰੇ ਤੇ ਬੋਲੂਗਾ ਫਿਰ ਹੀ ਚਾਰ ਉਹਨੂੰ ਕਮੈਂਟ ਆਉਣਗੇ ਤਾਂ ਹੀ ਚਾਰ ਲੋਕ ਉਹਦਾ ਪੇਜ ਦੇਖਣਗੇ ਇਹ ਕਮਾਈ ਦਾ ਸਾਧਨ ਬਣ ਗਿਆ ਕਿਉਂਕਿ ਤੁਹਾਨੂੰ ਗੁੱਸਾ ਆਉਂਦਾ ਫਿਰ ਉਹਦਾ ਜਿਹੜਾ ਮਨ ਤਨ ਥੱਲੇ ਕੀਤਾ ਹੋਇਆ ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ ਕਿਉਂਕਿ ਉਹਨਾਂ ਦਾ ਸ਼ਰਮ ਨਹੀਂ ਹੈਗੀ ਗੁੱਸੇ 'ਚ ਆਏ ਲੋਕ ਫਿਰ ਉਹਨੂੰ ਗਲਤ ਵੀ ਬੋਲਦੇ ਨੇ ਸੋ ਆਪਾਂ ਨੂੰ ਚੰਗਾ ਨਹੀਂ ਲੱਗਦੀ ਹੈਗਾ ਚਲੋ ਅਗਲੇ ਦਾ ਦਿਮਾਗ ਹੈ ਆਪਣਾ ਉਹਨੂੰ ਲੱਗਦਾ ਹੋਊਗਾ ਵੀ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਹੀ ਕਰਿਆ ਕਰੋ ਜੇ ਕਿਸੇ ਨੂੰ ਕੋਈ ਇਹ ਚੋਣ ਪ੍ਰਚਾਰ ਲੱਗਦਾ ਜਾਂ ਇੱਥੋਂ ਕੋਈ ਲੀਡਰੀ ਵਾਲਾ ਮਾਹੌਲ ਲੱਗਦਾ ਤਾਂ ਪਰਮਾਤਮਾ ਤੁਹਾਨੂੰ ਸਾਡੇ ਨੂੰ ਪਹਿਲਾਂ ਦੇਵੇ ਮੈਂ ਤਾਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਅਸੀਂ ਤਾਂ ਫਿਰ ਉਹ ਆਪਦੇ ਘਰ ਦੇ ਬਾਦਸ਼ਾਹ ਸੀ ਅਸੀਂ ਕੀ ਲੈਣਾ ਸੀ ਇਸ ਤੋਂ ਜੇ ਆਏ ਸੀ ਤਾਂ ਸਾਡਾ ਮੋਟਿਵ ਬੜਾ ਇਲਾਕੇ ਨੂੰ ਸਮਰਪਿਤ ਸੀ ਪੈਸਾ ਤਾਂ ਮੇਰਾ ਪੁੱਤ ਚਲਾ ਵੀ ਗਿਆ ਮੈਨੂੰ ਅੱਜ ਵੀ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਹਰੇਕ ਦੁਨੀਆ ਤੱਕ ਉਹ ਕਮਾਈ ਕਰਦਾ ਰਹੂਗਾ ਉਹ ਲੋਕਾਂ 'ਚ ਜਿਉਂਦਾ ਰਹੂਗਾ ਹੁਣ ਅਸੀਂ ਦੁਬਾਰਾ ਫਿਰ ਉਹਨੇ ਪੱਤੀ ਹੋਈ ਹੈ ਫਿਰ ਅਸੀਂ ਉਵੇਂ ਜਿਵੇਂ ਕੰਮ ਚਲਾਈਏ ਸੋ ਜਿਹੜੇ ਪਰਮਾਤਮਾ ਨੇ ਵਕਤ ਪਾਇਆ ਹੋ ਸਕਦਾ ਗੁਜ਼ਾਰ ਵੀ ਖਰਾਬ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਪਰਿਵਾਰ ਦੇ ਨਾਲ ਨੇ ਮੇਰੇ ਨਾਲ ਨੇ ਤਾਂ ਆਨੰਦ ਲੋਕਾਂ ਦੀ ਵਸਦਾ ਮੇਰੋ ਜਿਹੜੀ ਪਰਮ ਪਿਤਾ ਪਰਮੇਸ਼ਰ ਦੀ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾਉਂਦੀ ਹੈ ਉਸ ਅਦਾਲਤ ਦੇ ਵਿੱਚ ਤਾਂ ਆਪਣਾ ਕੇਸ ਮਜ਼ਬੂਤ ਹੈ ਦੁਨਿਆਵੀ ਅਦਾਲਤਾਂ ਨੂੰ ਬੇਸ਼ੱਕ ਆਪਾਂ ਸਬੂਤਾਂ ਦੇ ਆਧਾਰ 'ਤੇ ਜੋ ਕੁਛ ਹੋਵੇ ਪਰ ਇੰਨੇ ਲੋਕਾਂ ਦੀਆਂ ਦੁਆਵਾਂ ਨੇ ਉਹਦੇ ਨਾਲ ਤਿੰਨ ਤਿੰਨ ਚਾਰ ਚਾਰ ਲੱਖ ਬੰਦਾ ਉਹਦੇ ਸੰਸਕਾਰ 'ਤੇ ਆਇਆ ਉਹਦੇ ਭੋਗ 'ਤੇ ਆਇਆ ਉਹ ਸਾਰੇ ਲੋਕ ਕੀ ਚਾਹੁੰਦੇ ਨੇ ਕਿ ਜਸਟਿਸ ਹੋ ਗਈ ਪਰ ਨਫ਼ਰਤ ਕਰਨ ਵਾਲੇ ਲੋਕ ਵੀ ਇੱਥੇ ਹੈਗੇ ਨੇ ਕੋਈ ਗੱਲ ਨਹੀਂ ਆਪਾਂ ਨੂੰ ਉਹਦੀ ਪਰਵਾਹ ਨਹੀਂ ਆਪਾਂ ਪਹਿਲਾਂ ਵੀ ਸ਼ਿਕਾਰ ਹੋਏ ਆਪਾਂ ਹੁਣ ਵੀ ਟਾਕਰਾ ਕਰ ਲਾਂਗੇ ਸਾਡੀਆਂ ਸਪੀਚਾਂ ਦਾ ਮਤਲਬ ਸਿਕਿਉਰਟੀ ਲੈਣਾ ਨਹੀਂ ਭਾਵੇਂ ਗੌਰਮੈਂਟ ਅੱਜ ਵਾਪਸ ਕਰ ਲਏ ਅਸੀਂ ਕਿਸੇ ਦੇ ਹੱਥ ਨਹੀਂ ਬੰਨਾਂਗੇ ਤੁਸੀਂ ਸਾਨੂੰ ਬੰਨ ਲੈਂਦੇ ਅਸੀਂ ਜ਼ਿੰਦਗੀ ਜਿਉਵਾਂਗੇ ਆਪਣੇ ਸਿਰ 'ਤੇ ਜਿਉਵਾਂਗੇ ਅਸੀਂ ਤਾਂ ਕਪੂਰ ਬਣ ਕੇ ਕਰਨ ਵਾਲੇ ਲੋਕ ਅਸੀਂ ਨਾ ਪਹਿਲਾਂ ਪ੍ਰਵਾਹ ਕਰੀਏ ਨਾ ਅਸੀਂ ਵਿਵਾਦ ਕਰੀਏ ਅਸੀਂ ਜਾਂ ਪੁਲਿਸੀਏ ਨਾ ਸਰਕਾਰ ਦੀ ਕਰੀਏ ਨਾ ਪੁਲਿਸ ਦੀ ਕਰੀਏ ਜਿਹੜਾ ਕੰਮ ਹੈ ਉਹ ਦੇਸ਼ ਦੇ ਸੰਵਿਧਾਨ ਦੇ ਕਾਨੂੰਨ ਦੇ ਮੁਤਾਬਕ ਹੈ ਉਹਦੇ ਲਈ ਦਬਾਅ ਪਾਵਾਂਗੇ ਜੋ ਲੋਕਤੰਤਰਿਕ ਤਰੀਕੇ ਆ ਵਰਤਾਂਗੇ ਕਿਸੇ ਨੂੰ ਦਿੱਤੀਆਂ ਲੱਗਦੀਆਂ ਸਾਲ ਲੱਖ ਲੱਗਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸਾਰੇ ਦੇ ਲੀਡਰ ਨੂੰ ਆਪਾਂ ਇੱਕ ਗੱਲ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਕੋਈ ਚਾਪ ਨੂੰ ਸੀ ਜਾਂ ਸਿਕਿਉਰਟੀ ਨਹੀਂ ਕਰਦੇ ਡਰਾਮੇ ਨਹੀਂ ਕਰਦੇ ਤੜਕੇ ਸਰਕਾਰ ਵਾਪਸ ਲੈ ਲਈ ਜੇ ਕਿਸੇ ਨੂੰ ਅਪੀਲ ਵੀ ਪਾ ਕੀਤਾ ਮੇਰਾ ਨਾਮ ਸਾਡੀ ਲੱਤਾਂ ਭਾਰ ਚੱਲਦੀਆਂ ਨੇ ਅਸੀਂ ਪਹਿਲਾਂ ਵੀ ਝਟਕੇ ਲੈ ਕੇ ਅਸੀਂ ਹੁਣ ਵੀ ਲੈਣਗੇ ਸੋ ਤੁਹਾਡਾ ਦੁਬਾਰੇ ਤੋਂ ਫਿਰ ਮੈਂ ਧੰਨਵਾਦ ਕਰਦਾ ਸਾਰੇ ਦੂਰ ਦੁਰਾਡੇ ਤੋਂ ਇੰਨੀ ਦੂਰੋਂ ਠੰਡ ਦੇ ਵਿੱਚ ਤੁਸੀਂ ਆਉਂਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਹੋ ਪਰਮਾਤਮਾ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖੇ ਔਰ ਤੁਸੀਂ ਇਹਨੇ ਜਿਵੇਂ ਪਰਿਵਾਰ ਦੀ ਮਦਦ ਕਰਦੇ ਹੋ ਉਹਨੂੰ